ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰਾ ਨਾਮ ਜੀ ਇੰਦਰਪ੍ਰੀਤ। ਜੀ ਮੇਰੇ ਚਾਚਾ ਅਤੇ ਮੇਰੇ ਡੈਡੀ ਜੀ ਇੱਕ ਕਤਲ ਦੇ ਵਿੱਚ ਅੰਦਰ ਜੇਲ੍ਹ 'ਚ ਕਿਸੇ ਨੇ ਫਸਾ ਦਿੱਤੇ ਸੀਗੇ ਅਤੇ ਜੀ ਉਹ ਕਤਲ ਦੇ ਵਿੱਚ ਅੰਦਰ ਚਲੇ ਗਏ ਸੀ ਅਤੇ ਜੀ ਅੱਜ ਮੇਰੇ ਡੈਡੀ ਜੀ ਦੀ ਅਤੇ ਜੀ ਜੇਲ੍ਹ 'ਚ ਹੀ ਮੌਤ ਹੋ ਗਈ ਸੀ ਅਤੇ ਜੀ ਮੇਰੇ ਚਾਚਾ ਜੀ ਆ ਜਿਹੜੇ ਉਹ ਇਸ ਟਾਈਮ ਜੇਲ੍ਹ 'ਚ ਆ ਅਤੇ ਜੀ ਉਹਨਾਂ ਨੂੰ ਜੀ 10 ਸਾਲ ਹੋ ਗਏ ਅਤੇ ਜੀ ਉਹਨਾਂ ਨੂੰ ਅੱਜ ਤੱਕ ਪਰੋਲ ਨਹੀਂ ਦਿੱਤੀ ਗਈ ਜੀ। ਹੋਰ ਕੈਦੀ ਆ ਸਾਰਿਆਂ ਨੂੰ ਪਰੋਲ ਮਿਲਦੀ ਆ ਇਸ ਕਰਕੇ ਮੇਰੇ ਚਾਚਾ ਨੂੰ ਅੱਜ ਤੱਕ ਕਦੇ ਪਰੋਲ ਨਹੀਂ ਮਿਲੀ ਅਤੇ ਜੀ ਅਤੇ ਜੀ ਉਹਨਾਂ ਦਾ ਕਾਰਨ ਹੈਗਾ ਬਈ ਸਿਆਸੀ ਤੌਰ 'ਤੇ ਉਹਨਾਂ ਦਾ ਕਾਰਨ ਹੈ ਬਈ ਉਹਨਾਂ ਨੂੰ ਸਿਆਸੀ ਤੌਰ 'ਤੇ ਪਰੋਲ ਨਹੀਂ ਦਿੱਤੀ ਜਾ ਰਹੀ। ਸਾਡੀ ਇਹੀ ਮੰਗ ਹੈ ਕਿ ਸਾਨੂੰ ਪਰੋਲ ਦਿੱਤੀ ਜਾਵੇ ਅਤੇ ਜੀ ਆਹ ਮੇਰੇ ਦਾਦਾ ਦਾਦੀ ਨੇ ਅਤੇ ਇਹਨਾਂ ਦੀ ਦੇਖਭਾਲ ਕਰਨ ਵਾਲਾ ਹੁਣ ਕੋਈ ਨਹੀਂ ਹੈਗਾ ਇੱਥੇ ਅਤੇ ਜੀ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਤਾਂ ਕਿ ਉਹ ਇਹਨਾਂ ਨੂੰ ਆ ਕੇ ਮਿਲ ਸਕਣ ਅਤੇ ਇਹਨਾਂ ਦੀ ਇਹ ਲਾਸਟ ਇੱਛਾ ਇਹੀ ਆ ਕਿ ਉਹ ਇਹਨਾਂ ਨੂੰ ਆ ਕੇ ਮਿਲ ਜਾਣ ਅਤੇ ਇਹ ਖੁਸ਼ ਹੋ ਜਾਣ। ਤੁਸੀਂ ਕਿੱਥੇ ਰਹਿੰਦੇ? ਮੈਂ ਜੀ ਆਪਣੇ ਨਾਨਕੇ ਰਹਿਣਾ ਜੀ। ਉੱਥੇ ਪੜ੍ਹਾਈ ਕਰ ਰਹੇ? ਹਾਂਜੀ ਮੈਂ ਉੱਥੇ ਹੀ ਪੜ੍ਹਾਈ ਕਰਦਾ ਜੀ। ਇਹਨਾਂ ਦੀ ਸਾਂਭ ਸੰਭਾਲ ਕਰਨ ਕਰਦਾ ਤੇਰੇ ਦਾਦਾ ਕੋਈ ਨਹੀਂ ਜੀ, ਇਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੈਗਾ। ਕਿੰਨੇ ਕੁ ਗਿਰਦ ਨੇ ਇਹ ਜੀ? ਇਹਨਾਂ ਦੀ ਹੁਣ ਮਤਲਬ ਜਮਾਂ 80-85 ਸਾਲ ਦੀ ਇਹਨਾਂ ਦੀ ਉਮਰ ਹੈ ਜੀ। ਦਾਦੀ ਕਿਵੇਂ ਰਹਿੰਦੇ? ਦਾਦੀ ਜੀ ਬਿਮਾਰ ਰਹਿੰਦੇ ਨੇ ਅਤੇ ਉਹਨਾਂ ਦੇ ਪੈਰ ਸ਼ੂਗਰ ਕਾਰਨ ਜੀ ਉਹਨਾਂ ਦਾ ਪੈਰ ਖਰਾਬ ਹੋ ਗਿਆ ਥੋੜ੍ਹਾ ਜਿਹਾ ਅਤੇ ਜੀ ਹੁਣ ਉਹਨਾਂ ਦੀ ਉਂਗਲੀ ਵੀ ਵੱਡੀ ਸੀਗੀ। ਇਹਨਾਂ ਦੀ ਅੰਤਮ ਇੱਛਾ ਇਹੀ ਹੈ ਵੀ ਸਾਡੇ ਬੱਚੇ ਦੇ ਦਰਸ਼ਨ? ਹਾਂਜੀ ਇਹਨਾਂ ਦੀ ਅੰਤਮ ਇੱਛਾ ਇਹੀ ਹੈ ਕਿ ਸਾਨੂੰ ਸਾਡੇ ਬੱਚੇ ਨਾਲ ਬੱਚੇ ਨੂੰ ਮਿਲਾਇਆ ਜਾਵੇ ਅਤੇ ਕਦੇ ਮਿਲੇ ਨਹੀਂ। ਹਾਂਜੀ ਇਹ ਕਦੇ ਨਹੀਂ ਮਿਲੇ ਜੀ। ਸਿਮਰਨ ਨੂੰ ਕਰਾ ਦਈਏ ਸਟੋਰੀ? ਆਹ ਵੱਟ ਕੱਢ ਦੂਗਾ ਮੈਂ ਕਰਦਾ। ਅੱਛਾ ਇੱਕ ਤਾਂ ਸ਼ਾਰਟ ਬਣਾ ਲਾ।
ਮੇਰਾ ਨਾਮ ਜੈਬ ਸਿੰਘ। ਅੱਛਾ, ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ, ਕੀ ਮਾਮਲਾ ਕੀ ਹੈ? ਤੁਹਾਡੇ ਬੱਚੇ ਕਿਵੇਂ ਜੇਲ੍ਹ ਗਏ, ਇਹਦੇ ਬਾਰੇ ਦੱਸੋ। ਸਾਡਾ ਇਹ ਮਾਮਲਾ ਜੀ, ਜਿਹੜੇ ਸਾਡੇ ਬੱਚੇ ਜੇਲ੍ਹ ਗਏ ਆ, ਇਹ ਰਾਤ ਨੂੰ ਮੰਡੀ ਦੇ ਵਿੱਚ ਕਤਲ ਹੋਇਆ 9 ਵਜੇ। ਸਾਨੂੰ ਨਹੀਂ ਇਹਦਾ ਪਤਾ ਵੀ ਕਤਲ ਕਿਹਨੇ ਕੀਤਾ ਕਿਹਨੇ ਨਹੀਂ। ਸਵੇਰ ਨੂੰ ਸਾਨੂੰ 8 ਵਜੇ ਨੂੰ ਪਤਾ ਲੱਗਿਆ ਵੀ ਤੁਹਾਡੇ ਜਿਹੜੇ ਬੱਚਿਆਂ ਦੇ ਪਰਚਾ ਹੋ ਗਿਆ, ਗੁਰਮੀਤ ਸਿੰਘ ਅਤੇ ਕਰਮਜੀਤ ਸਿੰਘ ਦੇ। ਅਤੇ ਗੁਰਮੀਤ ਸਿੰਘ ਦਾ ਰਾਤ ਮੈਂ ਇੱਥੇ ਕਰਾਈ ਸੀ ਅਤੇ ਕਰਮਜੀਤ ਸਿੰਘ ਚੰਡੀਗੜ੍ਹ ਸੀ ਗਿਆ ਹੋਇਆ। ਅਤੇ ਸਾਨੂੰ ਤਾਂ ਜਦੋਂ ਪਰਚਾ ਹੋਏ ਤਾਂ ਪਤਾ ਲੱਗਿਆ, ਫਿਰ ਸਾਨੂੰ ਪਤਾ ਲੱਗਿਆ ਵੀ ਸਾਡੇ ਤਾਂ ਨੱਕੇ ਬੰਦੇ ਜਿਹੜੇ ਆ ਕਤਲ ਦੇ ਵਿੱਚ ਫਸਾ ਸੀ। ਸਾਨੂੰ ਤਾਂ ਇਸ ਗੱਲ ਦਾ ਕੋਈ ਪਤਾ ਹੀ ਨਹੀਂ, ਸਾਡਾ ਕੋਈ ਰੰਜ ਨਹੀਂ ਵੀ ਜਿਹੜੀ ਗੱਲ ਸਾਨੂੰ ਫਸਾਉਂਦੇ ਆ। ਗੱਲ ਇਹ ਸੀ ਵੀ ਅਸੀਂ ਜਿਹੜੀਆਂ ਵੋਟਾਂ ਸਰਪੰਚੀ ਦੀਆਂ ਇਹਨੂੰ ਨਹੀਂ ਦਿੱਤੀਆਂ, ਅਸੀਂ ਅਕਾਲੀਆਂ ਨਾਲ ਸਹਿਮਤ ਹਾਂ ਮੁੱਢ ਤੋਂ ਹੀ, ਹੁਣ ਵੀ ਅਕਾਲੀ ਦੇ ਨਾਲ ਹਾਂ ਅਸੀਂ। ਅਤੇ ਇਹ ਆਪਦੀ ਕੋਈ ਕਾਂਗਰਸ ਪਾਰਟੀ ਜਾਵੜ ਦੇ ਕਿਤੇ ਕਿਸੇ 'ਚ, ਸਾਨੂੰ ਤਾਂ ਇਹਨਾਂ ਨੇ ਜਿਹੜਾ ਸਿਆਸੀ ਰੰਜਸ ਦੇ ਵਿੱਚ ਫਸਾਇਆ। ਹੁਣ ਜਿਹੜੇ ਬੱਚੇ ਆ ਤੁਹਾਡੇ ਉਹ ਕਿੱਥੇ ਆ ਜੀ? ਬੱਚੇ ਆ ਜਿਹੜੇ ਜੀ ਇਸ ਵੇਲੇ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ, ਕਰਮਜੀਤ ਸਿੰਘ, ਗੁਰਮੀਤ ਸਿੰਘ ਦੀ ਮੌਤ ਹੋ ਗਈ ਸੀ। ਅੱਛਾ, ਹਾਂ ਜੇਲ੍ਹ 'ਚ ਹੀ ਹੋਈ ਹੈ ਜੀ? ਹਾਂਜੀ। ਅੱਛਾ, ਹੁਣ ਜਿਹੜੀ ਮੇਨ ਤੁਹਾਡੀ ਜਿਹੜਾ ਕੀ ਕਾਰਨ ਕੀ ਆ, ਮੰਗ ਕੀ ਆ ਤੁਹਾਡੀ? ਕਾਰਨ ਸਾਡਾ ਇਹੀ ਮੰਗ ਆ ਵੀ ਅਸੀਂ ਇਹ ਕਰਮਜੀਤ ਸਿੰਘ ਨੂੰ ਪਰੋਲ ਛੁੱਟੀ ਦਿੱਤੀ ਜਾਵੇ। ਵੀ ਹੋ ਸਕਦਾ ਅਸੀਂ ਜੇ ਛੁੱਟੀ ਮਿਲ ਜਾਵੇ ਤਾਂ ਅਸੀਂ ਇਹਦਾ ਵਿਆਹ ਵੀ ਕਰ ਕੁੱਟ ਦਈਏ। ਆਪਦੇ ਬੈਠਿਆਂ ਬੈਠਿਆਂ ਸਾਡਾ ਤਾਂ ਇਹ ਨਹੀਂ ਪਤਾ ਵੀ ਅਸੀਂ ਕਾਇਦ ਨਾ। ਬੁਢਾਪੇ 'ਚ ਤੁਹਾਡਾ ਕੋਈ ਸਹਾਰਾ ਹੈਗਾ? ਕੋਈ ਸਹਾਰਾ ਨਹੀਂ ਸਾਡਾ ਹੋਰ। ਅੱਛਾ ਜੀ, ਅਤੇ ਜਿਹੜੇ ਤੁਹਾਡੀ ਕੋਈ ਦੇਖਭਾਲ ਕੋਈ ਕਰਦਾ? ਕੋਈ ਨਹੀਂ ਸਾਡੀ ਦੇਖਭਾਲ ਕਰਦਾ। ਜੇ ਦੇਖਭਾਲ ਸਾਡੀ ਕਰਦਾ ਤਾਂ ਗੁਰਪ੍ਰੀਤ ਹੀ ਕਰਦਾ, ਜਗਰਾਜ ਸਿੰਘ ਸਰਪੰਚ, ਉਹ ਸਾਨੂੰ ਕੋਈ ਥੋੜ੍ਹੀ ਬਹੁਤੀ ਮਦਦ ਦੇ ਦਿੰਦਾ। ਸਾਡੇ 'ਤੇ ਸਹਾਰਾ ਉਹ ਬਣਿਆ ਹੋਇਆ। ਤੁਹਾਨੂੰ ਕੋਈ ਸਾਂਭ ਸੰਭਾਲ ਕਰਨ ਵਾਲਾ? ਹੋਰ ਸਾਂਭ ਸੰਭਾਲ ਵਾਲਾ ਸਾਨੂੰ ਕੋਈ ਨਹੀਂ। ਕੀ ਚਾਹੁੰਦੇ ਕੀ ਤੁਸੀਂ? ਚਾਹੁੰਦੇ ਅਸੀਂ ਆ ਵੀ ਸਾਡੇ ਜਿਹੜੇ ਲੜਕੇ ਨੂੰ ਕਰਮਜੀਤ ਸਿੰਘ ਨੂੰ ਪਰੋਲ ਮਿਲੇ, ਛੁੱਟੀ ਮਿਲੇ, ਆ ਕੇ ਸਾਡਾ ਦੇਖਭਾਲ ਕਰੇ ਆਪਦਾ ਸਾਰਾ ਕੁਛ। ਅਸੀਂ ਇਹ ਆਨੇ ਵੀ ਅਸੀਂ ਆਪਦੇ ਬੈਠੇ ਬੈਠੇ ਜੇ ਉਹਦਾ ਕੋਈ ਅਸੀਂ ਕੋਈ ਵਿਆਹ ਵੂ ਵੀ ਕਰ ਦਈਏ ਤਾਂ ਆਪਦਾ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਵੇ। ਅੱਛਾ, ਅੱਜ ਤੱਕ ਉਹਨੂੰ ਕੋਈ ਪਰੋਲ ਮਿਲੀ ਹੈ? ਨਹੀਂ ਜੀ, ਅੱਜ ਤੱਕ ਕੋਈ ਪਰੋਲ ਨਹੀਂ ਮਿਲੀ। ਕਿੰਨੀ ਸਜ਼ਾ ਭੁਗਤ ਚੁੱਕਿਆ ਜੀ? ਉਹ ਅਸੀਂ 10 ਸਾਲ ਦੀ ਸਜ਼ਾ ਭੁਗਤ ਚੁੱਕਿਆ, 10 ਸਾਲ। ਪਰੋਲ ਨਾਮ ਮਿਲਣ ਦਾ ਕਾਰਨ ਕੀ ਮੰਨਦੇ? ਉਹ ਵੀ ਸਿਆਸੀ ਪਰੋਲ ਆ ਜੀ। ਤੁਸੀਂ ਵੈਸੇ ਇਹੀ ਚਾਹੁੰਦੇ ਵੀ ਸਾਨੂੰ ਵੀ ਆਖਰੀ ਵਾਰੀ ਦਰਸ਼ਨ ਕਰਾਏ ਜਾਣ? ਹਾਂਜੀ ਹਾਂ, ਦਰਸ਼ਨ ਕਰਾਏ ਜਾਣ ਅਤੇ ਛੁੱਟੀ ਮਿਲਣੀ ਚਾਹੀਦੀ ਆ। ਸਭ ਨੂੰ ਛੁੱਟੀ ਮਿਲਦੀ ਆ, ਸਾਨੂੰ ਕਿਉਂ ਨਹੀਂ ਛੁੱਟੀ ਸਰਕਾਰ ਦਿੰਦੀ? ਅੱਜ ਤੱਕ ਨਹੀਂ ਮਿਲੀ ਜੀ ਪਰੋਲ? ਨਾ ਜੀ, ਅੱਜ ਤੱਕ ਨਹੀਂ ਪਰੋਲ ਮਿਲੀ। ਅਪਰੋਚ ਵੀ ਕੀਤੀ ਆ ਪਰ ਨਹੀਂ ਮਿਲੀ। ਸਾਡੇ 'ਤੇ ਨਜਾਇਜ਼ ਦੂਸ਼ਣ ਲਾਏ ਜਾਂਦੇ ਆ, ਜੇ ਆ ਬੋ ਆ ਬਿਨਾਂ ਵਜ੍ਹਾ। ਸਾਡੇ ਮੁੰਡੇ ਨੂੰ ਛੁੱਟੀ ਮਿਲਣੀ ਚਾਹੀਦੀ ਆ, ਮਹੀਨਾ ਖੰਡ ਸਾਡੀ ਭਰੋਸ ਵਾਸਤੇ, ਅਤੇ ਅਸੀਂ ਉਹਦਾ ਕੁਛ ਸੋਚਣਾ ਵੀ ਹੈ। ਜੀ, ਤੁਹਾਨੂੰ ਕੋਈ ਸਾਂਭ ਸੰਭਾਲ ਕਰਨ ਵਾਲਾ ਹੈਗਾ ਜੀ? ਨਹੀਂ ਜੀ, ਕੋਈ ਨਹੀਂ ਸਾਨੂੰ। ਅੱਛਾ, ਕੋਈ ਸਾਰਾ ਨਹੀਂ। ਬਿਮਾਰ ਰਹਿੰਦੇ ਹੋ ਜੀ ਤੁਸੀਂ? ਹਾਂ ਜੀ, ਆਪ ਇੱਥੋਂ ਤਾਂ ਸਾਹਮਣੇ ਹੀ ਹੈ, ਸੂਰਿਆ ਮੈਂ ਇੱਥੋਂ ਨਹੀਂ ਜਾਂਦਾ, ਮੈਂ ਸ਼ੂਗਰ ਆ। ਅੱਛਾ, ਅਤੇ ਪੈਰ ਦੀ ਉਂਗਲੀ ਵੱਡੀ ਵੀ। ਅੱਛਾ, ਅਤੇ ਹੁਣ ਤੁਹਾਡੀ ਸਾਂਭ ਸੰਭਾਲ ਕੌਣ ਕਰਦਾ ਜੀ? ਅਸੀਂ ਆਪ ਹੀ ਕਰਦੇ ਹਾਂ, ਮੇਰੇ ਘਰ ਵਾਲਾ। ਕਿੰਨੇ ਬੱਚੇ ਸੀ ਤੁਹਾਡੇ ਜੀ? 4 ਬੱਚੇ ਸੀ। ਅੱਛਾ ਜੀ, ਅਤੇ ਇੱਕ ਦੀ ਜੇਲ੍ਹ 'ਚ ਮੌਤ ਹੋਈ ਹੈ ਜੀ? ਹਾਂ, ਇੱਕ ਦੀ ਪਹਿਲਾਂ ਹੋ ਗਈ ਸੀ। ਇਹ ਚਰਨਜੀਤ ਹੈਗਾ ਅਤੇ ਇੱਕ ਮੁੰਡਾ ਮੇਰਾ ਵੱਡਾ ਅੱਡਾ। ਹਾਂ, ਕੋਈ ਹੁਣ ਕੀ ਚਾਹੁੰਦੇ ਕੀ ਹੋ ਤੁਸੀਂ? ਹੁਣ ਚਾਹੁੰਦੇ ਛੁੱਟੀ, ਸਾਨੂੰ ਮਿਲ ਜੀ। ਹੁਣ ਤੱਕ ਮਿਲਿਆ ਕਿ ਨਹੀਂ ਕਦੇ? ਨਹੀਂ, ਬਿਲਕੁਲ ਨਹੀਂ ਮਿਲਿਆ। ਭੋਗ 'ਤੇ ਆਇਆ ਸੀ ਉਦੋਂ ਇਕੱਠ 'ਚ, ਉਦੋਂ ਹੀ ਚਲੋ ਚਲੋ ਹੋ ਗਈ, ਹੈ ਹੋਰ ਨਹੀਂ ਕੋਈ ਗੱਲ। ਬਸ ਆਖਰੀ ਵਾਰੀ ਬੱਚੇ ਦੇ ਦਰਸ਼ਨ ਚਾਹੁੰਦੇ? ਬੱਚੇ ਦੇ ਦਰਸ਼ਨ ਚਾਹੁੰਦੇ ਆ। ਆ ਉਹਦਾ ਕਾਕਾ, ਮੈਂ ਨਹੀਂ ਵੀ ਕੁਛ ਸੋਚ ਲਾ, ਉਹਦੇ ਹੁੰਦੇ ਹੁੰਦੇ ਆਪ ਜਿਮਦੀ ਜਿਮਦੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 400 66 77 009।